गुण गा वाहिगुरु अकाल पुरख दे, गुण गा ओहदे जिहड़ा सर्व व्यापक है, तू बंदियां दे गुण गाई जाना प्यारे। इत्थे लिखिआ ऐसी भगत गोबिंद की, आ है भाई गोबिंद दी भगती दा असर। कीट हस्ती जीता, कीड़ी ने हाथी नूं जित लिया। दसो हुण कीड़ी दी की पाया वे, हाथी जित सकदी है? एदां हाथी पैर रखे पता नहीं 100, 200, 1000, 1,00,000 कीड़ी नूं इक वारी फेर सकदा है, पर इत्थे मारे गए कीट हस्ती जीता। बोलो प्यारे, हुण जदों इन्हां इन्हां शब्दां दी व्याख्या कोई डेरेदार उन्हां दे प्रचार करदे आ, उन्हां इदां कहणा वी कीड़ी वी हाथी दा मुकाबला कर सकदी। तुसीं पुछिआ ते उन्हां कहणा भाई ना तुसीं कीड़ी पुछण जाणा ते ना तुसीं हाथी पुछण जाणा। मन लो जे कीड़ी हाथी जित वी लवे, मन लो जे जित वी लवे, इह तो तुहानू ते सानू सिख्या की मिली? गल ते इत्थे हो रही जिहड़ा अंदर साडे कीड़ी वाला सुभाव बणिआ पिआ। इत्थे कीड़ी की है? निम्रता। निम्रता ने हाथी की आ हंकार। इत्थे निम्रता रूपी कीड़ी ने अज हंकार रूपी हाथी ते काठी पाली जित लिया। कहिंदी पर हाथी की भला, हाथी वड्डा हुंदा ना। कई वारी हंकार दा हाथी माड़े दे दरवाजे विचों दी, बोलो उह आंदे साडे घर वी आ जा कर, ओनू ओ फस जांदा हाथी जो हंकार बाहरों ते अंदरों ते भावें नहीं फसदा, बाहरों फस जांदा। उह कहिंदा मेरे मुताबिक तुहाडे घर कुर्सी है नहीं, जो मैं तुहाडे घर आना मेरे मुताबिक तुहाडे घर बर्तन है नहीं, तुसीं मैनू सद्दे जे मेरे मुताबिक तुहाडे कोल ते खाण पीण दा प्रबंध ही नहीं होना। दस्सिओ इह सुभाअ कहिड़ा हाथी? गुरु ने जदों गुरु दी कीती संगत ते सुभाअ आ गया निम्रता वाला, कीड़ी वाला। अज निम्रता रूपी कीड़ी ने हाथी ते पाली काठी, ते अज निम्रता रूपी कीड़ियां दी जिथे बुलाओगे मैं ते उत्थे ही आऊंगा। कीट हस्ती रिश्तेदारियां च वी नहीं हुंदी? रिश्तेदारियां तगड़े दे कोल दो रातां रह होणियां, माड़ा कहिंदा साडे कोल वी रहि, सिद्धा ते कहिंदा नहीं, कहिंदा घर दा मेरा। उच्ची बोलो ओ नाल आंदे। अच्छा कई इदां दे हुंदे ने, कुड़ियां धीआं व्याहियां ने, कई वारी ऐसा भी हुंदा सी वी जे इक दे चंगे परिवार ने, हुण पुत व्याहे दो, इक दे सहुरे तगड़े इक दे सहुरे दरमियान ने, उन्हां कोल तिन तिन रातां रहि हुंदा। दूजे आंदे कितें कुड़म साहब साडे कोल वी रिहा करो, कहिंदा घर न्याणियां दा मेरे बिना। ਉਹ ਆਂਦੇ ਵੀ ਉੱਥੇ ਚਾਰ ਚਾਰ ਰਾਤਾਂ ਰਹਿ ਆਉਣਾ ਸਾਡੇ ਵੇਲੇ ਨਿਆਣਿਆਂ ਦਾ। ਬੋਲੋ ਹੁਣ ਗੱਲ ਇਹ ਸੀ ਵੀ ਇੱਥੇ ਉਹਨਾਂ ਦੇ ਮੁਤਾਬਕ ਬੈੱਡ ਹੈ ਨਹੀਂ, ਸਟੇਟਸ ਉੱਚਾ ਥੋੜਾ ਜਿਹਾ ਹਾਥੀ, ਫਿਰ ਗੁਰੂ ਦੀ ਸੰਗਤ ਕੀਤੀ ਫਿਰ ਬਣ ਗਿਆ ਕੀੜੀ। ਜਦੋਂ ਗੁਰੂ ਦੀ ਸੰਗਤ ਕੀਤੀ ਫਿਰ ਆਉਂਦਾ ਹੁਣ ਭਾਈ ਤੁਹਾਡੇ ਕੋਲ ਵੀ ਰਹਿ ਪਿਆ ਕਰਾਂਗਾ। ਹਾਂ ਹਾਂ ਹੁਣ ਹਾਥੀ ਉੱਤੇ ਕੀੜੀ ਨੇ, ਉੱਚੀ ਬੋਲੋ ਹਾਥੀ ਉੱਤੇ ਕੀੜੀ ਨੇ ਕਾਠੀ ਪਾ ਲਈ। ਹੁਣ ਥੋੜਾ ਜਿਹਾ ਬਾਬਿਆਂ ਵਾਲੇ ਬੰਨੇ ਵੀ ਆ ਜਾਓ, ਬਾਬੇ ਵੀ ਬੁਲਾਉਂਦੇ ਨੇ, ਬਾਬਿਆਂ ਨੂੰ ਕਈ ਪਰਿਵਾਰ ਬੁਲਾਉਂਦੇ, ਸਾਡੇ ਕੋਲ ਵੀ ਆਓ ਜੀ। ਉਹਨਾਂ ਦਾ ਅੱਜ ਦਾ ਹਾਥੀ ਹੈ, ਵੈਸੇ ਬਾਬੇ ਹੈ ਵੀ ਹਾਥੀਆਂ ਵਰਗੇ ਹੀ ਨੇ ਕਈ ਤਾਂ ਮੇਰੇ ਹਿਸਾਬ ਨਾਲ ਟੋਚਲ। ਮੈਂ ਪਿੱਛੇ ਜੇ ਇੱਕ ਉਦਾਹਰਨ ਸੀ ਵੀ ਗੱਡੀ ਹੁੰਦੀ ਆ 22 ਟਨ ਪਾਸਿੰਗ, 40 ਟਨ ਪਾਸਿੰਗ ਹੁੰਦੀ ਆ ਨਾ, ਤੋ ਕਈ ਵਾਰੀ ਜ਼ਿਆਦਾ ਮਾਲ ਲੱਦਿਆ ਹੋਇਆ ਰਾਤ ਨੂੰ ਜਾਈਦਾ ਨਾ ਸਮਾਗਮਾਂ 'ਤੇ, ਉਹ ਕਈ ਗੱਡੀਆਂ ਉੱਲਰੀਆਂ ਹੁੰਦੀਆਂ ਨੇ ਵੀ ਉਹ ਕਮਾਨੀਆਂ ਵੀ ਫੇਰ ਫੂਹ ਦਿੰਦੀਆਂ ਨੇ, ਇੱਕ ਬੰਨੇ ਨੂੰ ਕਈ ਉੱਲਰ ਹੀ ਜਾਂਦੀਆਂ ਹਾਰ ਕੇ ਵੀ ਆਉਂਦੀ ਬੱਸ ਵੀ ਤੂੰ ਪਾਸਿੰਗ ਸੀ 22 ਟਨ, ਤੂੰ ਮਾਲ ਲੱਦਾ 40 ਟਨ ਲੱਦੀ ਫਿਰਦਾ ਉੱਤੇ, ਤੂੰ ਤੇ ਧੱਕਾ ਕੀਤਾ ਵੀ ਇੰਨਾ ਮਾਲ ਲੱਦੀ ਫਿਰਦਾ 18 ਟਨ ਹੀ ਉੱਤੇ ਲੱਦੀ ਫਿਰਦਾ। ਤੋ ਜਿੱਦਾਂ ਗੱਡੀਆਂ ਦਾ ਨਹੀਂ ਹੁੰਦਾ ਵੀ ਲੋਡ ਜ਼ਿਆਦਾ ਲੱਦ ਲਓ, ਇੱਦਾਂ ਅਸਰ ਤੇ ਗੋਡੇ ਵੀ ਤੇ ਇਹਦੀ ਕਪੈਸਿਟੀ ਆ ਨਾ ਵੀ ਇੰਨਾ ਵੀ ਭਾਰ ਚੁੱਕ ਸਕਦੇ ਆ। ਹੁਣ ਇਹਦੀ ਵੀ ਕਪੈਸਿਟੀ, ਇਹਦੀ ਵੀ ਹੁਣ ਕਈ ਵਾਰੀ ਕੁਇੰਟਲ 1.5 ਕੁਇੰਟਲ ਉਹ ਚੈਸੀ ਬਹਿ ਜਾਂਦੀ, ਫਿਰ ਉਹ ਜਿਵੇਂ ਜੋਗੀ ਦੀ ਬੀਨ ਵਾਲਾ ਹਿਸਾਬ ਹੋ ਜਾਂਦਾ ਵਾ ਵੀ ਹੁਣ ਲੱਤਾਂ ਤੇ ਥੱਲੇ ਉਹੋ ਜਿਹੀਆਂ ਰਹਿਣੀਆਂ ਨੇ, ਤੋ ਐਡੇ ਐਡੇ ਮੋਟੇ ਮੋਟੇ ਮਹਾਰਾਜ ਦੀ ਕਿਰਪਾ ਨਾਲ। ਅਸਲ 'ਚ ਉਹਦੇ ਪਿੱਛੇ ਕਾਰਨ ਵੀ ਇਹ ਆ ਵੀ ਦੁੱਧ ਮੁੱਲ ਵੇਚਣ ਲੱਗਿਆ ਧੱਕੇ ਨਾਲ ਪਾਣੀ ਪੂਣੀ ਪਾ ਦੇਣਾ, ਤੇ ਜਦੋਂ ਗਾਜੀ ਆਉਣਾ ਬਾਬਿਆਂ ਦਾ ਕਹਿਣਾ, ਬੋਲੋ ਸੰਘਣਾ ਪਾਇਓ ਪਾਣੀ ਨਾ ਪਾਇਓ, ਫਿਰ ਬਾਬਿਆਂ ਦੇ ਡੇਰੇ ਆਪੇ ਦੁੱਧ ਪੀ ਕਹਿਣਗੇ ਬੜਾ ਸਵਾਦ ਹੈ ਵੀ 7 ਮਲਾਈਆਂ। ਉਹਨਾਂ ਨੂੰ ਇਹ ਨਹੀਂ ਪਤਾ ਵੀ 6-7 ਵਾਰੀ ਮਲਾਈ ਅੰਦਰ ਲਾ ਆਏ ਆ, ਫੇ ਪੀਤਾ ਗਿਆ ਇੰਨਾ ਸੰਘਣਾ ਦੁੱਧ ਵਾ। ਤੇ ਫਿਰ ਜਦੋਂ ਇੱਦਾਂ ਸੰਘਣਾ ਦੁੱਧ ਪੀ ਪੀ ਕੇ ਬਾਬੇ ਬਿਮਾਰ ਹੁੰਦੇ ਆ, ਫਿਰ ਡਾਕਟਰਾਂ ਨੂੰ ਪਾੜਨ ਲੱਗਿਆਂ ਵੇਖਣਾ ਪੈਂਦਾ ਵੀ ਇਹਨੂੰ ਅਸੀਂ ਟੀਕਾ ਕਿਹੜੇ ਬੰਨੇ ਲਾਈਏ, ਕਿੱਦਾਂ ਓਪਰੇਸ਼ਨ ਕਰੀਏ। ਤੋ ਅੰਦਾਜ਼ਾ ਤੁਸੀਂ ਆਪੇ ਲਾ ਲਓ ਇਹ ਹੋਇਆ। ਉਹ ਵੀ ਫਿਰ ਆਮ ਦਰਮਿਆਨੇ ਦੇ ਘਰ ਜਾਣ ਤੋਂ ਗੁਰੇਜ ਕਰਦੇ ਸੀ। ਬਾਬਾ ਨਾਨਕ ਸੀ ਜਿਹੜਾ ਲਾਲੋ ਦੇ ਘਰ ਜਾ ਕੇ ਬਹਿ ਕੇ ਉਹਦੇ ਨਾਲ 2 ਗੱਲਾਂ ਕਰ ਆਇਆ। ਦੱਸਿਓ ਜ਼ਰੂਰ ਮੈਨੂੰ ਕੋਈ ਇਹ ਆਪਣੇ ਆਪ ਨੂੰ ਜਿਹੜੇ ਗੁਰੂ ਨਾਨਕ ਸਾਹਿਬ ਦੇ ਪੈਰੋਕਾਰ ਦੱਸਦੇ ਨੇ, ਕਦੀ ਦਰਮਿਆਨੇ ਦੇ ਬੰਦੇ ਦੇ ਕੋਲ ਜਾ ਕੇ ਬਹਿ ਕੇ ਉਹਦੇ ਨਾਲ 2 ਗੱਲਾਂ ਕੀਤੀਆਂ। ਹੁਣ ਇਹ ਉਦਣ ਹੀ ਹੋਏਗਾ ਜਦੋਂ ਇਸ ਮਨ ਨੇ ਸਾਧੂ ਗੁਰੂ ਦੀ ਸੰਗਤ ਕਰ ਲਈ। ਫਿਰ ਐਸੀ ਭਗਤ ਗੋਬਿੰਦ ਕੀ, ਇਹ ਬਿਰਤੀ ਬਣਦੀ ਆ ਰੱਬ ਦੀ ਭਗਤੀ ਚੋਂ। ਜਿਹਨਾਂ ਕੀਤੀ ਸਾਧਾਂ ਦੀ ਭਗਤੀ ਆ, ਜਿਹਨਾਂ ਕੀਤੀ ਕਬਰਾਂ ਦੀ ਭਗਤੀ ਆ, ਉਹਨਾਂ ਤੋਂ ਆਸ ਨਾ ਲਾਇਓ ਵੀ ਉਹਨਾਂ ਦੀ ਕੀੜੀ ਹਾਥੀ ਤੇ ਕਾਠੀ ਪਾ ਪਊਗੀ। ਕੀੜੀ ਕੀ ਹੈ ਚੇਤਾ ਰੱਖੋ, ਕੀੜੀ ਕੀ ਹੈ
निम्रता हाथी किया हंकार जानी के निम्रता रूपी कीड़ी ने हंकार रूपी हाथी उते काठी पाली हुण हाथी दी पेश जांदी नहीं ऐसी भगत गोबिंद कीट हस्ती जीता जो जो कीनो अपनो जिन्होंने भगती की तेन कहता आ जा हूं तू मेरा ही है।